ਮੇਰਾ ਨਾਮ ਭਾਈ ਕਵਲਜੀਤ ਸਿੰਘ ਇਹ ਸੋਚ ਕੇ ਕੀਤਾ ਜੀ ਵੇਖੋ ਹਰ ਕੋਈ ਇਨਸਾਨ ਆਪਣਾ ਘਰ ਬਣਾਉਂਦਾ ਰਹਿੰਦਾ ਵਾ ساری ਉਮਰ ਹੀ ਆਪਣਾ ਘਰ ਬਣਾਉਂਦਾ ਪਰ ਇਹ ਪੰਛੀਆਂ ਦੇ ਘਰ ਵੀ ਜ਼ਰੂਰੀ ਆ ਕਈ ਤੇ ਕਹਿੰਦੇ ਇਹ ਪੰਛੀ ਆਲਸੀ ਹੋ ਗਏ ਆ ਪਰ ਆਲਸੀ ਨਹੀਂ ਹੋ ਗਏ ਅਸੀਂ ਆਲਸੀ ਹੋ ਗਏ ਆ ਕਿਉਂਕਿ ਪਹਿਲਾਂ ਕਾਨਿਆਂ ਦੀ ਛੱਤਾਂ ਹੁੰਦੀਆਂ ਸੀ ਬਾਲਿਆਂ ਦੀਆਂ ਛੱਤਾਂ ਨਹੀਂ ਐਂ ਘਰਾਂ ਦਾ ਬਰਾਂਡਿਆਂ ਦੇ ਤੂੜੀ ਪਾਉਣ ਲਈ ਉਹਦੇ ਵਿੱਚ ਚਿੜੀਆਂ ਆਲਣੇ ਪਾਉਂਦੀਆਂ ਸੀ ਤੇ ਬਾਹਰ ਮੂਸਲਾਂ ਦੇ ਵਿੱਚ ਆਲਣੇ ਪੈਂਦੇ ਸੀ ਇਹ ਕਰਕੇ ਸਾਡਾ ਮਾਨ ਕੀਤਾ ਇੱਥੇ ਸੋਚਿਆ ਬਾਬਾ ਗਲਾਬਦਾਸ ਜੀ ਦੇ ਸੇਵਾਦਾਰ ਆ ਇੱਥੇ ਬੈਠਾ ਬੈਠਾ ਸੋਚ ਆਈ ਕਿ ਅਸੀਂ ਆਲਣੇ ਬਣਾਈਏ। ਬਾਕੀ ਸਾਡੇ ਸੰਤ ਮਹਾਂਪੁਰਖ ਸੰਤ ਬਾਬਾ ਮੁਕਤਾਰ ਸਿੰਘ ਜੀ ਭਗਤ ਉਹਨਾਂ ਨੇ ਬਹੁਤ ਸਾਡਾ ਪਰਾਲਾ ਕੀਤਾ ਨਾਲ ਸੰਯੋਗ ਦਿੱਤਾ। ਬਾਕੀ ਅਮਨਦੀਪ ਸਿੰਘ ਕੁਦੂ ਮੇਰੇ ਵੀਰ ਨੇ ਆਪਣੇ ਮਿਸਤਰੀ ਦੇ ਕੇ ਇਹ ਆਲਣੇ ਪਰ ਤਿਆਰ ਕੀਤੇ ਆ। ਇਹ ਘਟੋਗਰ 40 ਨੀ ਤੇ 50 ਦੇ ਏੜ-ਗੇੜ ਲੱਗ ਚੁੱਕੇ ਨੇ ਤੇ 450 ਆਲਣਾ ਹੋਰ ਬੰਨਣਾ ਵਾ। ਤੁਸੀਂ ਵੇਖ ਕੇ ਆਏ ਜੇ ਪਿੰਡ ਮਿਸਤਰੀ ਰਹੇ ਆ ਆਲਣੇ ਬੰਡੇ ਨੇ ਤੇ ਇਦਾਂ ਹੀ ਬਣਾ ਕੇ ਅਸੀਂ ਆਪਣੇ ਪਿੰਡ ਨਹਿਰ ਤੇ ਜਿਹੜੇ ਵੀ ਰਾਹ ਜਾਂਦੇ ਸਾਡੇ ਪਿੰਡਾਂ ਨੂੰ ਅਸੀਂ ਉਹਨਾਂ ਦੇ ਆਲਣੇ ਲਾਵਾਂਗੇ। ਬਾਕੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਵੀ ਇਹ ਪ੍ਰਾਲਾ ਕਰੋ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਸਾਡਾ ਪਿੰਡ ਰਿਆਲੀ ਬਹੁਤ ਹੀ ਮਹਾਰਾਜੀ ਕਿਰਪਾ ਵਾ ਰਲ ਮਿਲ ਕੇ ਰਹਿੰਦੀ ਆ ਬਹੁਤ ਹੀ ਨਾਮ ਆ ਰਿਆਲੀ ਦਾ ਤੇ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਇਹ ਪਾਣੀ ਰੱਖਣਾ ਗਰਮੀ ਦੇ ਵਿੱਚ ਹੁਣ ਅੱਗਾਂ ਲੱਗਣੀਆਂ ਵਾ ਕਣਕਾਂ ਨਾੜਾਂ ਨੂੰ ਤੇ ਨਾਰ ਨੂੰ ਅੱਗ ਲੱਗਣੀ ਇਹਦੇ ਵਿੱਚ ਪੰਛੀ ਲੱਭਣੇ ਨਹੀਂ ਕਿਉਂਕਿ ਪੰਛੀ ਆ ਰੁੱਖਾਂ ਨੂੰ ਪੈੜੀਆਂ ਦੇ ਵਿੱਚ ਹੀ ਆ ਤੇ ਇਹ ਕਰਕੇ ਸੜਕ ਦੇ ਉੱਤੇ ਅਸੀਂ ਇਹ ਆਲੇ ਲਾਏ ਆ ਪ੍ਰਾਲਾ ਕੀਤਾ ਵਾ ਸਾਰੇ ਸੰਗਤ ਨੂੰ ਬੇਨਤੀ ਆ ਕਿ ਸਾਡੀ ਬੇਨਤੀ ਪ੍ਰਵਾਨ ਕਰਿਓ ਕਿ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਵਧੀਆ ਲੱਕੜ ਦੇ ਆਲਣੇ ਬਣਾ ਕੇ ਰੁੱਖਾਂ ਦੇ ਉੱਤੇ ਲਾਓ ਜਿਹੜੇ ਪੰਛੀ ਬਾਹਰ ਫਿਰਦੇ ਤੁਰਦੇ ਆ ਉਹ ਇਹਨਾਂ ਆਲਣਿਆਂ 'ਚ ਰਹਿਣਗੇ ਤੇ ਤੁਹਾਡੇ ਪਿੰਡ ਦਾ ਹੀ ਨਾਂ ਰੋਸ਼ਨ ਹੋਊਗਾ ਕਿ ਕੋਈ ਬਾਹਰੋਂ ਆਣ ਕੇ ਵੇਖੂਗਾ ਕਿ ਬਹੁਤੀ ਪੰਛੀ ਆ ਇਹ ਪਿੰਡ ਦੇ ਵਿੱਚ ਐਨੀਆਂ ਬੇਨਤੀਆਂ ਸਾਡੀਆਂ ਪ੍ਰਵਾਨ ਕਰਿਓ ਇਸ ਤਰ੍ਹਾਂ ਪੰਛੀ ਪਰ ਆਲਾਵਾ ਕਿ ਸਾਡੇ ਪਿੰਡ ਇੱਕੋ ਟਾਵਰ ਆ ਇੱਕ ਪਰ ਦੇ ਇਹ ਟਾਵਰਾਂ ਕਰਕੇ ਪੰਛੀ ਵੀ ਨਹੀਂ ਆਉਂਦੇ ਟਾਵਰਾਂ ਦਾ ਜਿਹੜਾ ਵਾਇਰਸ ਹੈ ਉਹਨਾਂ ਵੀ ਪੰਛੀ ਨਹੀਂ ਆਉਂਦੇ ਸਾਡਾ ਇਹੋ ਪ੍ਰਾਲਾ ਕਿ ਅਸੀਂ ਮੁੱਲ ਲਿਆਗੇ ਵੀ ਪੰਛੀ ਚਿੜੀਆਂ ਜਿਹੜੀਆਂ ਛੱਡਾਂਗੇ ਤੇ ਛੱਡ ਕੇ ਇਹ ਜਿਹੜੇ ਆਲਣੇ ਆ ਹੁਣ ਵੀ ਤੁਸੀਂ ਵੇਖ ਸਕਦੇ ਹੋ ਇਹ ਆਲਣੇ ਮੱਲੇ ਗਏ ਆ ਪਹਿਲਾਂ ਸਾਡਾ ਇਹੋ ਪ੍ਰਾਲਾ ਅਸੀਂ 40 ਆਲਣੇ ਇਹ ਕਰਕੇ ਲਾਏ ਸੀ ਕਿ ਇਹਨਾਂ ਦੇ ਵਿੱਚ ਬੈਨੇ ਆ ਕਿ ਪੰਛੀ ਆਉਂਦੇ ਕਿ ਨਹੀਂ ਪਰ ਇਹਨਾਂ 40 ਆਲਣਿਆਂ ਦੇ ਵਿੱਚ ਸਾਰੇ ਆਲਣੇ ਮੱਲੇ ਗਏ ਆ ਵਿੱਚ ਇੱਕ ਦੋ ਆਲਣੇ ਆ ਜਿਨ੍ਹਾਂ ਦੇ ਵਿੱਚ ਪੰਛੀ ਨਹੀਂ ਆ ਬਾਕੀ ਸਾਰੇ ਆਲਣਿਆਂ ਦੇ ਵਿੱਚ ਪੰਛੀ ਹੈਗੇ ਨੇ ਤੇ ਬਹੁਤ ਵਧੀਆ ਪ੍ਰਾਲਾ ਵਾ ਬਾਬਾ ਕਬਲੇ ਦੀ صدਕਾ ਇਹ ਮੈਂਬਰ ਸਾਹਿਬ ਦੇ صدਕਾ ਕੁਲਬੀਰ ਸਿੰਘ ਦੇ صدਕਾ ਜਿਹਨ ਜਨਵਰ ਜਿਹੜੇ ਆਗੂਗੁ ਲੱਗਦੀ ਹੀ ਵਿਚਾਰਿਆਂ ਦੇ ਰੁੱਖ ਛੜ ਜਾਂਦੇ ਹੀ ਜਾਂ ਨਹੀਂ ਉਹ ਰਹੇ ਨਾ ਘਰ ਰਹੇ ਨਾ ਉਹ ਜੇ ਨਾ ਲੋਕਾਂ ਨੇ ਰੁੱਖ ਰਹਿਣ ਦਿੱਤੇ ਤੇ ਜਨਵਰਾਂ ਦੇ ਰਹਿਣ ਸਹਿਣ ਨੂੰ ਇਹ ਪ੍ਰਬੰਧ ਕਰ ਦਿੱਤਾ ਇਹ ਬਹੁਤ ਵਧੀਆ ਪ੍ਰਬੰਧ ਕਰਦੇ ਆ ਜੇ ਰੁੱਖ ਵੀ ਛੜਿਆ ਤਾਂ ਜਨਵਰ ਜਿਹੜਾ ਆਪਣੇ ਆਲੇ ਨੇ ਦੇ ਵਿੱਚ ਬਊਗਾ ਇਹ ਪ੍ਰਾਲਾ ਹੋਰ ਵੀ ਕਰਨਾ ਚਾਹੀਦਾ ਇਹਨਾਂ ਨੂੰ ਬੱਸ ਉਹ ਵੱਧ ਵਧੀਆ ਵਧੀਆ ਕਰਦੇ ਆ ਜੀ ਬਾਕੀ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹੋਗੇ ਬਾਕੀ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੂੰ ਦੇਖ ਕੇ ਤਾਂ ਸ਼ਾ ਚਾਹੀਦਾ ਵਾ ਇਹ ਨਸ਼ਿਆਂ ਤੋਂ ਮੁਕਤ ਹੋਣ ਕੇ ਮੁਕਤ ਹੋ ਕੇ ਤੇ ਇਹੋ ਜੇ ਕੰਮ ਕਰਨ ਚੰਗੇ ਸਮਾਜ ਸੇਵਕ ਜਿਹੜੇ ਆ ਕੰਮ ਕਰਨੇ ਚਾਹੀਦੇ ਆ ਜਿਸ ਤਰ੍ਹਾਂ ਪੰਛੀ ਬਚਾਏ ਜਾਂਦੇ ਪੰਛੀ ਬਚਾਏ ਜਾਂਦੇ ਆ ਪੰਛੀ ਸਾਡੇ ਇੱਕ ਅਹਿਮ ਰੋਲ ਆ ਹਾਂਜੀ ਪੰਛੀ ਸਾਡੀ ਮਤਲਬ ਹਰ ਪੰਛੀ ਨੂੰ ਵੀ ਅਸੀਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੁਣ ਨਾ ਸਰਕੜੇ ਰਹੇ ਆ ਨਾ ਉਹ ਚੀਜ਼ਾਂ ਰਹੀਆਂ ਜਿੱਥੇ ਕੇ ਆਲਣੇ ਪਾ ਸਕਣ ਪੰਛੀ ਤੇ ਨਾ ਰੁਖੀ ਰਹੇ ਤੇ ਪੰਛੀਆਂ ਦੇ ਬਚਾਅ ਵਾਸਤੇ ਬਹੁਤ ਵਧੀਆ ਪ੍ਰਾਲਾ ਬਾਬੇ ਕਬਲੇ ਦੀ ਮਿਹਰ ਸਦਕਾ ਦੇ ਮੈਂਬਰ ਸਦਕਾ ਤਲਬੀਰ ਸਿੰਘ ਆ ਬੰਦੇ ਵਾਦ ਹੋਰ ਵੀ ਆ ਬਹੁਤ ਵਧੀਆ ਜੀ ਉਹਦੀਆਂ ਕੰਮ ਹੈ ਇਹ ਤੇ ਇਹਦੇ ਨਾਲ ਦਾ ਕੰਮ ਹੀ ਕੋਈ ਨਹੀਂ ਆਮ ਪਿੰਡਾਂ ਦੇ ਵਿੱਚ ਇਹ ਉਪਰਾਲਾ ਵੇਖਣ ਨੂੰ ਨਹੀਂ ਮਿਲਦਾ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਇਹ ਤਾਂ ਹਰ ਪਿੰਡ 'ਚ ਚਾਹੀਦਾ ਜਿੱਦਾਂ ਜਾਨਵਰ ਜਿਹੜੇ ਬੇਕਾਰ ਹੋਏ ਤਰੇ ਫਿਰਦੇ ਨੇ ਤੇ ਜਿਹੋ ਜਿਹਾਂ ਲੈਣ ਸਾਰੇ ਲਾਏ ਉਹ ਤੇ ਸਾਰੇ ਆਪੂ ਆਪਣੇ ਘਰਾਂ ਜਾਣ ਕੇ ਬੈਠ ਸਕਦੇ ਹੋ